ਸਸ ਇਗਾਲ ਆਦਾਬ ਨਮਸਕਾਰ ਮੈਂ ਹਾਂ ਪ੍ਰਵੀਨ ਸ਼ਰਮਾ ਤੁਸੀਂ ਸੁਣਦੇ ਜਾ ਰਹੇ ਹੋ ਪੰਜਾਬੀ ਰੇਡੀਓ ਯੂ ਐਸ ਏ ਤੇ ਪੰਜਾਬੀ ਖਬਰਾਂ ਅੱਜ ਦਾ ਦਿਨ ਵੀਰਵਾਰ 22 ਜੁਲਾਈ 2021 709 ਨਾਨਕ ਸ਼ਾਹੀ ਸਮਤ 553 ਸੋ ਖਬਰਾਂ ਵੱਲ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਤਾਜ਼ਾ ਅਤੇ ਖਾਸ ਖਬਰਾਂ ਤੇ ਅਮਰੀਕਾ ਆਧਾਰਿਤ ਥਿੰਕ ਟੈਂਕ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦਾ ਦਾਵਾ ਭਾਰਤ ਦੇ ਵਿੱਚ ਕਰੋਨਾ ਵਾਇਰਸ ਕਰਕੇ ਹੋਈਆਂ 49 ਲੱਖ ਮੌਤਾਂ ਸੰਯੁਕਤ ਮੋਰਚੇ ਦੀ ਅਗਵਾਈ ਦੇ ਹੇਠ ਕਿਸਾਨ ਸੰਸਦ ਅੱਜ ਪੈਗਾਸਸ ਜਸੂਸੀ ਕਾਂਡ ਮਾਮਲੇ ਦੇ ਵਿੱਚ ਥਰੂਰ ਦੀ ਅਗਵਾਈ ਹੇਠਲਾ ਸੰਸਦੀ ਪੈਨਲ ਉੱਚ ਅਧਿਕਾਰੀਆਂ ਤੋਂ ਅਗਲੇ ਹਫ਼ਤੇ ਕਰੇਗਾ ਪੁੱਛ ਪੜਤਾਲ ਮੌਨਸੂਨ ਸੈਸ਼ਨ ਦੇ ਦੌਰਾਨ ਕਰਨਾਟਕ ਸਰਕਾਰ ਦੇਗਨ ਦੇ ਲਈ ਫੋਨ ਟੈਪਿੰਗ ਕਰਨ ਦੇ ਲੱਗੇ ਦੋਸ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਮੋਦੀ ਸਰਕਾਰ ਪੈਟਰੋਲ ਡੀਜ਼ਲ ਤੋਂ ਇਕੱਠਾ ਕੀਤਾ ਟੈਕਸ ਜਸੂਸੀ ਤੇ ਕਰ ਰਹੀ ਹੈ ਖਰਚ ਸਯੁਕਤ ਮੋਰਚੇ ਦੇ ਵੱਲੋਂ ਇੱਕ ਹਫ਼ਤੇ ਦੇ ਲਈ ਮੌਤਲ ਕੀਤੇ ਗਏ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਿੱਤਾ ਬਿਆਨ ਕਿਹਾ ਕਿਸਾਨੀ ਅਤੇ ਪੰਜਾਬ ਦੇ ਹੱਕਾਂ ਦੇ ਲਈ ਲੜਾਈ ਲੜਦਾ ਰਹਾਂਗਾ ਤੇ ਹੁਣ ਖਬਰਾਂ ਤਫਸੀਲ ਦੇ ਨਾਲ ਸ਼ੁਰੂਆਤ ਕਰਾਂਗੇ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹੋਈਆਂ ਮੌਤਾਂ ਤੋਂ ਇੱਕ ਨਵੀਂ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਦੇ ਵਿੱਚ ਕਰੋਨਾ ਲਾਗ ਕਰਕੇ ਹੋਈਆਂ ਮੌਤਾਂ ਦਾ ਅੰਕੜਾ ਅਧਿਕਾਰਤ ਅੰਕੜਿਆਂ ਤੋਂ ਕਈ ਗੁਣਾ ਵੱਧ ਹੋ ਸਕਦਾ ਹੈ ਰਿਪੋਰਟ ਦੇ ਮੁਤਾਬਕ ਕਰੋਨਾ ਮਹਾਮਾਰੀ ਦੇ ਦੌਰਾਨ ਭਾਰਤ ਦੇ ਵਿੱਚ 34 ਲੱਖ ਤੋਂ ਲੈ ਕੇ 49 ਲੱਖ ਲੋਕਾਂ ਦੀ ਕਰੋਨਾ ਵਾਇਰਸ ਕਰਕੇ ਮੌਤ ਹੋਣ ਦਾ ਖਤਸ਼ਾ ਪ੍ਰਗਟਾਇਆ ਗਿਆ। ਜਾਰੀ ਏਅਰਪੋਰਟ ਭਾਰਤ ਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਅਮਰੀਕਾ ਆਧਾਰਿਤ ਥਿੰਕ ਟੈਂਕ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦੇ ਜਸਟਨ ਸੈਂਡੇਫਰ ਅਤੇ ਹਾਰਵਰਡ ਯੂਨੀਵਰਸਿਟੀ ਦੇ ਅਭਿਸ਼ੇਕ ਆਨੰਦ ਵੱਲੋਂ ਤਿਆਰ ਕੀਤੀ ਗਈ ਹੈ। ਰਿਪੋਰਟ ਦੇ ਲੇਖਕਾਂ ਨੇ ਕਿਹਾ ਕਿ ਸਾਰੇ ਅੰਦਾਜ਼ੇ ਦੱਸਦੇ ਨੇ ਕਿ ਮੌਤਾਂ ਦੀ ਗਿਣਤੀ ਅਧਿਕਾਰਤ ਆਂਕੜੇ 40 ਲੱਖ ਤੋਂ ਕਈ 40 ਲੱਖ ਦੇ ਕਰੀਬ ਹੋ ਸਕਦੇ ਨੇ ਜਿਹੜੇ ਕਿ ਅਧਿਕਾਰਤ ਆਂਕੜੇ 4 ਲੱਖ ਤੋਂ ਕਈ ਗੁਣਾ ਜ਼ਿਆਦਾ ਨੇ ਉਹਨਾਂ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਹੈ ਕਿ ਮੌਤਾਂ ਦੀ ਗਿਣਤੀ ਸੈਂਕੜੇ ਜਾਂ ਹਜ਼ਾਰਾਂ ਦੇ ਵਿੱਚ ਨਹੀਂ ਹੈ ਬਲਕਿ ਲੱਖਾਂ ਦੇ ਵਿੱਚ ਹੋਣ ਦਾ ਅੰਦਾਜ਼ਾ ਹੈ ਇਹ ਵੰਡ ਜਾਂ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ ਹੈ ਉਹਨਾਂ ਦਾ ਅੰਦਾਜ਼ਾ ਇਹ ਵੀ ਹੈ ਕਿ ਫਰਵਰੀ 2020 ਤੋਂ ਲੈ ਕੇ ਜੂਨ 2021 ਦੇ ਦਰਮਿਆਨ 34 ਲੱਖ ਤੋਂ ਲੈ ਕੇ 49 ਲੱਖ ਲੋਕਾਂ ਦੀ ਕਰੋਨਾ ਵਾਇਰਸ ਕਰਕੇ ਮੌਤ ਹੋਈ ਹੈ। ਭਾਰਤ ਦੇ ਅਧਿਕਾਰਤ ਅੰਕੜਿਆਂ ਦੇ ਮੁਤਾਬਕ 21 ਜੁਲਾਈ ਤੱਕ ਕਰੋਨਾ ਕਰਕੇ ਹੋਈਆਂ ਮੌਤਾਂ ਦੀ ਗਿਣਤੀ 418480 ਸੀ। ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਕਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਸੰਬੰਧੀ ਅਧਿਕਾਰਤ ਅੰਦਾਜ਼ਾ ਨਹੀਂ ਹੈ ਅਤੇ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਸਰਕਾਰ ਨੇ ਇਹ ਵੀ ਗੱਲ ਕਹੀ ਹੈ ਕਿ ਬਹੁਤ ਸਾਰੀਆਂ ਰਿਪੋਰਟਾਂ ਦੇਸ਼ ਨੂੰ ਗੁੰਮਰਾਹ ਕਰ ਰਹੀਆਂ ਨੇ ਇਸ ਦੇ ਮੱਦੇਨਜ਼ਰ ਰਿਪੋਰਟ ਲੇਖਕਾਂ ਨੇ ਮਹਾਮਾਰੀ ਦੀ ਸ਼ੁਰੂਆਤ ਇਸ ਸਾਲ ਜੂਨ ਮਹੀਨੇ ਤੱਕ ਵੱਖ-ਵੱਖ ਸਰੋਤਾਂ ਤੋਂ ਮੌਤਾਂ ਦਾ ਅੰਦਾਜ਼ਾ ਲਾਇਆ ਹੈ ਪਹਿਲਾ ਅੰਦਾਜ਼ਾ ਸੱਤ ਸੂਬਿਆਂ ਦੀ ਮੌਤਾਂ ਦੀ ਸੂਬਾ ਪੱਧਰੀ ਰਜਿਸਟ੍ਰੇਸ਼ਨ ਤੋਂ ਲਾਇਆ ਗਿਆ ਜਿਸ ਤੋਂ 34 ਲੱਖ ਤੋਂ ਵੱਧ ਮੌਤਾਂ ਦਾ ਪਤਾ ਲੱਗਦਾ ਹੈ ਦੂਜਾ ਅੰਦਾਜ਼ਾ ਭਾਰਤੀ ਸੀਰੋ ਸਰਵੇ ਦੇ ਤਹਿਤ ਖਾਸ ਉਮਰ ਆਧਾਰਿਤ ਲਾਗ ਮੌਤ ਦਰ ਦੇ ਕਮਾਂਤਰੀ ਅਨੁਮਾਨਾਂ ਦੇ ਮੁਤਾਬਕ ਲਾਇਆ ਗਿਆ ਹੈ ਜਸਤੇ ਲਗਭਗ 40 ਲੱਖ ਮੌਤਾਂ ਦਾ ਪਤਾ ਲੱਗਦਾ ਹੈ ਰਿਪੋਰਟ ਲੇਖਕਾਂ ਨੇ ਤੀਜਾ ਅੰਦਾਜ਼ਾ ਕੰਜ਼ਿਊਮਰ ਪਰਾਮਿਡ ਹਾਊਸਹੋਲਡ ਸਰਵੇ ਯਾਨੀ ਕਿ ਸੀਪੀਐਚਐਸ ਜੋ ਕਿ ਸਾਰੇ ਸੂਬਿਆਂ ਦੇ ਵਿੱਚ 8 ਲੱਖ ਤੋਂ ਵੱਧ ਲੋਕਾਂ ਤੇ ਕੀਤਾ ਗਿਆ ਉਸ ਦੇ ਆਧਾਰ ਤੇ ਲਾਇਆ ਇਸ ਦੇ ਵਿੱਚ ਲਗਭਗ 49 ਲੱਖ ਮੌਤਾਂ ਹੋਣ ਦਾ ਅੰਦਾਜ਼ਾ ਹੈ ਲੇਖਕਾਂ ਨੇ ਕਿਹਾ ਕਿ ਉਹ ਕਿਸੇ ਵੀ ਇੱਕ ਅਨੁਮਾਨ ਦਾ ਪੱਖ ਨਹੀਂ ਲੈਂਦੇ ਕਿਉਂਕਿ ਸਾਰਿਆਂ ਦੇ ਵਿੱਚ ਕੁਝ ਗੁਣ ਅਤੇ ਕੁਝ ਔਣਤਾਈਆਂ ਹੋ ਸਕਦੀਆਂ ਨੇ ਰੀਪੋਰਟ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਾਰਤ ਦੇ ਵਿੱਚ ਕਰੋਨਾ ਦੀ ਪਹਿਲੀ ਲਹਿਰ ਬਹੁਤ ਜ਼ਿਆਦਾ ਖਤਰਨਾਕ ਸੀ ਇਸ ਸਾਲ ਮਾਰਚ ਦੇ ਅੰਤ ਤੱਕ ਜਦੋਂ ਦੂਜੀ ਲਹਿਰ ਸ਼ੁਰੂ ਹੋਈ ਤਾਂ ਭਾਰਤ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਆંકੜੇ 150000 ਤੋਂ ਕਿਤੇ ਜ਼ਿਆਦਾ ਸੀ ਦੂਜੇ ਪਾਸੇ ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਦੇ ਭੌਤਿਕ ਅਤੇ ਜੀਵ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਗੌਤਮ ਮੈਨਾ ਨੇ ਇਹ ਗੱਲ ਕਹੀ ਹੈ ਕਿ ਜਦੋਂ ਤੱਕ ਅਧਿਕਾਰਤ ਅੰਕੜੇ ਸਚਾਈ ਪੇਸ਼ ਨਹੀਂ ਕਰਦੇ ਉਦੋਂ ਤੱਕ ਕਰੋਨਾ ਮਹਾਮਾਰੀ ਦੇ ਦੌਰਾਨ ਹੋਈਆਂ ਮੌਤਾਂ ਦਾ ਅੰਦਾਜ਼ਾ ਅਸਿੱਧੇ ਤਰੀਕਿਆਂ ਦੇ ਨਾਲ ਲਾਉਣ ਦੀ ਹੀ ਲੋੜ ਹੈ ਗੱਲ ਕਰਦੇ ਹਾਂ ਕਿਸਾਨੀ ਦੀ ਖੇਤੀ ਕਾਨੂੰਨਾਂ ਦੇ ਖਿਲਾਫ ਕਰੀਬ 8 ਮਹੀਨਾ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਸੰਸਦ ਦੇ ਨੇੜੇ ਕਿਸਾਨ ਸੰਸਦ ਬੁਲਾਈ ਗਈ ਹੈ ਇਸ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ 200 کارਕੁਨ ਸ਼ਾਮਲ ਹੋਣਗੇ ਅਤੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ ਕਿਸਾਨ ਆਗੂਆਂ ਨੇ ਦੱਸਿਆ ਕਿ ਸਿੰਘੂ ਮੋਰਚੇ ਤੋਂ ਸਵੇਰੇ 9 ਵਜੇ ਤੋਂ ਬਾਅਦ ਘੱਟੋ-ਘੱਟ 5 ਬੱਸਾਂ ਦੇ ਵਿੱਚ ਕਿਸਾਨ ਸੰਸਦ ਦੇ ਕੋਲ ਪੁੱਜ ਕੇ ਚੱਲ ਰਹੇ ਮੌਨਸੂਨ اجلاس ਦੇ ਦੌਰਾਨ ਆਪਣੀ ਹੀ ਇੱਕ ਕਿਸਾਨ ਸੰਸਦ ਲਗਾਉਣਗੇ ਇਸ ਮੌਕੇ ਤਿੰਨ ਖੇਤੀ ਕਾਨੂੰਨਾਂ ਦੀਆਂ ਘਾਤਕ ਮਦਦਾਂ ਉੱਪਰ ਚਰਚਾ ਹੋਏਗੀ ਅਤੇ ਦੇਸ਼ ਦੇ ਹੁਕਮਰਾਨਾਂ ਦੇ ਖਿਲਾਫ ਕਿਸਾਨਾਂ ਦੀ ਆਵਾਜ਼ ਪਲੰਤ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦਿਨ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸੰਸਦ ਦੇ ਕੰਮ ਵਾਲੇ ਦਿਨਾਂ ਦੇ ਦੌਰਾਨ ਇਹ ਕਿਸਾਨ ਸੰਸਦ ਚਾਰੀ ਰੱਖੀ ਜਾਵੇਗੀ। ਉਧਰ ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਤਾਜ਼ਾ ਖਬਰਾਂ ਦੇ ਮੁਤਾਬਕ ਪੁਲਿਸ ਵੱਲੋਂ ਵੀ ਬਹੁਤੀ ਸਖਤੀ ਨਹੀਂ ਕੀਤੀ ਜਾਵੇਗੀ ਅਤੇ ਸਥਿਤੀ ਉੱਤੇ ਕਾਬੂ ਰੱਖਣ ਦੇ ਲਈ ਟਕਵੇਂ ਪ੍ਰਬੰਧ ਕੀਤੇ ਗਏ ਨੇ ਦੱਸਣਾ ਬੰਦਾ ਕਿ ਲਾਲ ਕਿਲੇ ਨੂੰ 15 ਅਗਸਤ ਤੱਕ ਆਮ ਲੋਕਾਂ ਦੇ ਲਈ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਿਆ ਹੈ ਤੇ ਹੁਣ ਤਿੰਨ ਪੜਾਵੀ ਸੁਰੱਖਿਆ ਵਿਵਸਥਾ ਕਰ ਦਿੱਤੀ ਗਈ ਹੈ ਕਿਸਾਨ ਰਾਸ਼ਟਰੀ ਰਾਜਧਾਨੀ ਦੇ ਸਿੰਘੂ ਬਾਰਡਰ ਪੁਆਇੰਟ ਤੋਂ ਸੰਸਦਵਾਲ ਹਰ ਰੋਜ਼ 200 ਦਾ ਜੱਥਾ ਭੇਜਿਆ ਕਰਨਗੇ ਅਤੇ ਮਾਰਚ ਕਰਨ ਦੀ ਸਕੀਮ ਕਰ ਚੁੱਕੇ ਨੇ ਫਿਰ ਪੁਲਿਸ ਉਹਨਾਂ ਨੂੰ ਆਪਣਾ ਅੰਦੋਲਨ ਜਾਰੀ ਰੱਖਣ ਦੇ ਲਈ ਜਗ੍ਹਾ ਤੇ ਲੈ ਜਾਵੇਗੀ ਸੂਤਰਾਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੀ ਸਹੂਲਤ ਦੇ ਲਈ ਰਾਜ ਸਰਕਾਰ ਦਿੱਲੀ ਆਫਤ ਪ੍ਰਬੰਧਨ ਦੇ ਤਹਿਤ ਕੋਵਿਡ ਪਾਬੰਦੀਆਂ ਲਗਾਉਣ ਦੇ ਆਪਣੇ ਆਦੇਸ਼ ਦੇ ਵਿੱਚ ਤਬਦੀਲੀਆਂ ਕਰ ਰਹੀ ਹੈ। ਗੱਲ ਕਰਦੇ ਹਾਂ ਪੈਗਾਸਸ ਜਸੂਸੀ ਕਾਂਡ ਦੀ। ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੀ ਇਕਵਾਈ ਵਾਲੀ ਆਈਟੀ ਆਧਾਰਿਤ ਸੰਸਦੀ ਪੈਨਲ ਅਗਲੇ ਹਫਤੇ ਗ੍ਰਹਿ ਮੰਤਰਾਲੇ ਸਮੇਤ ਹੋਰਨਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਤੋਂ 28 ਜੁਲਾਈ ਨੂੰ ਪੈਗਾਸਸ ਜਸੂਸੀ ਕਾਂਡ ਬਾਰੇ ਪੁੱਛ ਪੜਤਾਲ ਕਰੇਗਾ ਅੰਤਰਰਾਸ਼ਟਰੀ ਮੀਡੀਆ ਸੰਗ ਨੇ ਦਾਵਾ ਕੀਤਾ ਹੈ ਕਿ ਰਾਹੁਲ ਗਾਂਧੀ ਦੋ ਕੇਂਦਰੀ ਮੰਤਰੀਆਂ ਤਿਰਨਮਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਅਤੇ 40 ਦੇ ਕਰੀਬ ਪੱਤਰਕਾਰਾਂ ਸਮੇਤ ਕਈ ਕਾਂਗਰਸੀ ਨੇਤਾ ਅਜਿਹੇ ਨੇ ਜਿਨ੍ਹਾਂ ਦੇ ਫੋਨ ਹੈਕ ਕੀਤੇ ਗਏ ਨੇ ਧਰੂੜ ਦੀ ਅਗਵਾਈ ਵਾਲੀ ਸੂਚਨਾ ਅਤੇ ਟੈਕਨੋਲੋਜੀ ਬਾਰੇ 32 ਮੈਮਰੀ ਸੰਸ ਦੀ ਸਥਾਈ ਕਮੇਟੀ ਦੀ 28 ਜੁਲਾਈ ਨੂੰ ਮੀਟਿੰਗ ਹੋਣ ਵਾਲੀ ਹੈ ਉਦਰ ਦੂਜੇ ਪਾਸੇ ਐਡੀਟਰਸ ਗਿਲਡ ਆਫ ਇੰਡੀਆ ਨੇ ਪੈਗਾਸਸ ਸਪਾਈਵੇਅਰ ਦੀ ਵਰਤੋਂ ਕਰਕੇ ਪੱਤਰਕਾਰਾਂ ਅਤੇ ਸਿਆਸਤਦਾਨਾਂ ਦੀ ਨਿਗਰਾਨੀ ਸੰਬੰਧੀ ਮੀਡੀਆ ਦੇ ਵਿੱਚ ਆਈਆਂ ਰਿਪੋਰਟਾਂ ਤੇ ਹੈਰਾਨੀ ਜਤਾਉਂਦਿਆਂ ਖਥਤ ਜਸੂਸੀ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਗਿਲਡ ਨੇ ਟਵਿੱਟਰ ਤੇ ਸਾਂਝੇ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਕਿ ਐਡੀਟਰ ਗਿਲਡ ਆਫ ਇੰਡੀਆ ਪੱਤਰਕਾਰਾਂ ਸਮਾਜਿਕ ਕਾਰਕੂਨਾ ਸਨਤਕਾਰਾਂ ਅਤੇ ਸਿਆਸਤਦਾਨਾਂ ਦੀ ਖਥਤ ਤੌਰ ਤੇ ਸਰਕਾਰੀ ਏਜੰਸੀਆਂ ਵੱਲੋਂ ਨਿਗਰਾਨੀ ਇਜ਼ਰਾਈਲੀ ਕੰਪਨੀ ਐਨਐਸਓ ਦੇ ਐਨਐਸਓ ਦੇ ਪੈਗਾਸਸ ਨਾਂ ਦੇ ਹੈਕਿੰਗ ਸੌਫਟਵੇਅਰ ਦੇ ਨਾਲ ਕੀਤੇ ਜਾਣ ਸਬੰਧੀ ਮੀਡੀਆ ਦੇ ਵਿੱਚ ਆਈਆਂ ਖਬਰਾਂ ਤੋਂ ਹੈਰਾਨ ਹੈ ਏਜੀਆਈ ਨੇ ਪੱਤਰਕਾਰਾਂ ਦੀ ਨਿਗਰਾਨੀ ਕਰਨ ਦੀ ਨਿਖੇਦੀ ਕਰਦਿਆਂ ਕਿਹਾ ਕਿ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਿਹਾ ਜਾ ਸਕਦਾ ਹੈ ਗੱਲ ਕਰਦਿਆਂ ਕਰਨਾਟਕ ਸਰਕਾਰ ਦੀ ਕਾਂਗਰਸ ਦੀ ਅਗਵਾਈ ਵਾਲੀ ਸਾਂਝੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਕਮ ਰੁਕੂ ਮਤੇ ਪੇਸ਼ ਕੀਤੇ ਗਏ ਸਨ ਲੋਕ ਸਭਾ ਦੇ ਵਿੱਚ ਤਿੰਨ ਵਾਰ ਕਾਰਵਾਈ ਰੁਕਣ ਤੋਂ ਬਾਅਦ ਅਖੀਰ ਸਾਰੇ ਦਿਨ ਦੇ ਅੰਦਰੀ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ ਸੀ ਜਦਕਿ ਰਾਜ ਸਭਾ ਦੇ ਵਿੱਚ ਵੀ ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਤੱਕ ਹਾਊਸ ਦੇ ਵਿੱਚ ਕੋਵਿਡ ਤੋਂ ਨਜੀਠਣ ਦੇ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਚਰਚਾ ਸ਼ੁਰੂ ਨਹੀਂ ਹੋਈ ਉਦੋਂ ਤੱਕ ਹੰਗਾਮਾ ਹੀ ਦੇਖਣ ਨੂੰ ਮਿਲਿਆ ਸੀ ਇਸੇ ਦਰਮਿਆਨ ਇੱਕ ਹੋਰ ਨਵਾਂ ਖੁਲਾਸਾ ਹੋਣ ਤੋਂ ਬਾਅਦ ਇੱਕ ਵਾਰ ਫਿਰ ਸੰਸਦ ਦੇ ਵਿੱਚ ਹੰਗਾਮੇ ਵਾਲੀ ਸਥਿਤੀ ਬਣ ਗਈ ਇਸੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੁਲਾਈ 2019 ਦੇ ਵਿੱਚ ਕਰਨਾਟਕ ਦੇ ਵਿੱਚ ਕਾਂਗਰਸ ਜਨਤਾ ਦਲ ਦੀ ਸਥਿਤ ਸਰਕਾਰ ਖੈ ਤੌਰ ਤੇ ਡੇਗਣ ਦੇ ਲਈ ਤਤਕਾਲੀ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਅਤੇ ਤਤਕਾਲੀ ਮੁੱਖ ਮੰਤਰੀ ਐਚ.ਟੀ. ਕੁਮਾਰ ਸੁਆਮੀ ਅਤੇ ਸਾਬਕਾ ਮੁੱਖ ਮੰਤਰੀ ਸਿਧਰਾਮাইয়া ਦੇ ਨਿੱਜੀ ਸਕਤਰਾਂ ਫੋਨ ਨੰਬਰ ਵੀ ਟੈਪ ਨਿੱਜੀ ਸਕਤਰਾਂ ਦੇ ਫੋਨ ਨੰਬਰ ਵੀ ਟੈਪ ਕੀਤੇ ਜਾਣ ਵਾਲੇ ਨੰਬਰਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਸਨ ਇਸ ਸਬੰਧੀ ਕਾਂਗਰਸੀ ਆਗੂ ਮਲਕਾਰਜਨ ਖੜਕੇ ਪਾਰਟੀ ਦੇ ਕਰਨਾਟਕ ਇਕਾਈ ਦੇ ਪ੍ਰਧਾਨ ਡੀ.ਕੇ. ਸ਼ਿਵ ਕੁਮਾਰ ਸਿਧਰਾਮাইয়া ਅਤੇ ਪਾਰਟੀ ਦੇ ਮੀਡੀਆ ਸੈੱਲ ਦੇ ਮੁਖੀ ਰਣਦੀਪ ਸਿੰਘ ਸੁਰਜੀਵਾਲਾ ਨੇ ਤੁਰੰਤ ਪ੍ਰਭਾਵ ਤੋਂ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਇੱਕ ਜਾਂਚ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਦੋਸ਼ ਲਗਾਏ ਕਿ ਸਰਕਾਰ ਨੇ ਲੋਕਾਂ ਦੇ ਭਰੋਸੇ ਦਾ ਕਤਲ ਕੀਤਾ ਹੈ। ਖੱਬੀਆਂ ਪਾਰਟੀਆਂ ਨੇ ਇੱਕ ਸਾਂਝੀ ਸੰਸਦੀ ਕਮੇਟੀ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਸੰਸਦ ਦੇ ਵਿੱਚ ਕਾਂਗਰਸ, ਨੈਸ਼ਨਲਿਸਟ ਪਾਰਟ ਕਾਂਗਰਸ ਪਾਰਟੀ, ਤਿਰਲਮਲ ਕਾਂਗਰਸ (TMC), ਖੱਬੇ ਪੱਖੀਆਂ ਪਾਰਟੀਆਂ, ਆਰਜीडी ਅਤੇ ਸ਼ਿਵਸੈਨਾ ਨੇ ਸੰਸਦ ਮੈਂਬਰਾਂ ਨੇ ਜ਼ਿੰਮੇਵਾਰੀ ਤੈਅ ਕਰਨਾ ਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਪੈਗਾਸਸ ਜਸੂਸੀ ਵਿਵਾਦ ਦੇ ਸਬੰਧ ਦੇ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮੰਮਤਾ ਬੇਨਰਜੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੋਦੀ ਸਰਕਾਰ ਤੇ ਦੇਸ਼ ਨੂੰ ਨਿਗਰਾਨੀ ਵਾਲਾ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਦੋਸ਼ ਸਿੱਧੇ ਤੌਰ ਤੇ ਲਾਇਆ ਜਾ ਸਕਦਾ ਹੈ। ਅੱਦੇ ਪਾਜਪਾ ਦੀ ਤਾਨਾਸ਼ਾਹ ਸਰਕਾਰ ਨੂੰ ਹਰਾਉਣ ਦੇ ਲਈ ਵਿਰੋਧੀ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਜਟ ਹੋਣ ਦਾ ਉਹਨਾਂ ਹੁਕਾ ਦਿੱਤਾ ਹੈ ਉਹਨਾਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਪੈਗਾਸਸ ਜਸੂਸੀ ਮਾਮਲੇ ਦਾ ਨੋਟਿਸ ਲਵੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਪਾਈਵੇਅਰ ਦਾ ਇਸਤੇਮਾਲ ਕਰਕੇ ਕਿਸੇ ਖਾਸ ਮਕਸਦ ਦੇ ਤਹਿਤ ਕਾਰਕੁਨਾ ਸਿਆਸਤਦਾਨਾਂ ਪੱਤਰਕਾਰਾਂ ਤੇ ਇੱਥੋਂ ਤੱਕ ਕਿ ਜੱਜਾਂ ਤੱਕ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮਮਤਾ ਬਨਰਜੀ ਨੇ ਦੋਸ਼ ਲਾਇਆ ਕਿ ਕੇਂਦਰ ਵੱਲੋਂ ਪੈਟਰੋਲੀਅਮ ਪਦਾਰਥਾਂ ਤੋਂ ਟੈਕਸਾਂ ਦੇ ਰਾਹੀਂ ਜਟਾਇਆ ਗਿਆ ਪੈਸਾ ਜਸੂਸੀ ਤੇ ਖਰਚ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਭਾਜਪਾ ਭਾਰਤ ਨੂੰ ਜਮਹੂਰੀ ਮੁਲਕ ਦੀ ਥਾਂ ਤੇ ਨਿਗਰਾਨੀ ਵਾਲੇ ਦੇਸ਼ ਦੇ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਮੋਦੀ ਸਰਕਾਰ ਦੀ ਅਸਫਲਤਾ ਦੀ ਮਿਸਾਲ ਹੈ। ਰੋਕ ਕਰਾਂਗੇ ਰਾਜਸਥਾਨ ਦਾ ਗੱਲ ਕਰਾਂਗੇ ਸਿਆਸੀ ਖਬਰਾਂ ਦੀ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਨ ਪਾਇਲਟ ਦੇ ਵਿੱਚ ਚੱਲ ਰਹੇ ਵਿਵਾਦ ਨੂੰ ਖਤਮ ਕਰਵਾਉਣ ਦੀ ਜ਼ਿੰਮੇਵਾਰੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਖੁਦ ਸੰਭਾਲ ਲਈ ਹੈ। ਇੱਕ ਸੀਨੀਅਰ ਅਹੁਦੇਦਾਰ ਦੇ ਮੁਤਾਬਕ ਕਾਂਗਰਸ ਹਾਈ ਕਮਾਂਡ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪਾਇਲਟ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੀ ਉਸ ਦੀ ਸਕੀਮ ਹੈ ਕਿ ਅਗਲੇ ਮਹੀਨੇ ਤੋਂ ਪਾਇਲਟ ਦੋਵਾਂ ਰਾਜਾਂ ਦਾ ਦੌਰਾ ਸ਼ੁਰੂ ਕਰਨਾ ਇਸ ਦੇ ਲਈ ਸੰਭਾਵਨਾ ਇਹ ਹੈ ਕਿ ਉਸ ਤੋਂ ਪਹਿਲਾਂ ਰਾਜਸਥਾਨ ਦੇ ਵਿਵਾਦ ਦਾ ਹੱਲ ਕਰ ਲੈ ਜਾਵੇ ਇਸ ਗੱਲ ਦਾ ਜ਼ਿਕਰ ਕਰਨਾ ਬੰਦ ਹੈ ਕਿ ਕੌਮੀ ਨੇਤਾਵਾਂ ਦਾ ਇੱਕ ਸਮੂਹ ਪਾਇਲਟ ਨੂੰ ਫਿਰ ਤੋਂ ਸੂਬਾ ਪ੍ਰਧਾਨ ਬਣਾਉਣ ਦੇ ਪੱਖ ਦੇ ਵਿੱਚ ਹਾਲਾਂਕਿ ਉਹ ਖੁਦ ਇਸ ਦੇ ਲਈ ਤਿਆਰ ਨਹੀਂ ਮੌਜੂਦਾ ਪ੍ਰਧਾਨ ਡੋਟਾਸਰਾ ਕਹਿਲੋਤ ਸਰਕਾਰ ਦੇ ਵਿੱਚ ਸਿੱਖਿਆ ਮੰਤਰੀ ਵੀ ਨੇ ਅਜਿਹੇ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਮੰਤਰੀ ਮੰਡਲ ਦੇ ਵਿੱਚ ਹੀ ਰੱਖਿਆ ਜਾ ਸਕਦਾ ਹੈ ਡੋਟਾਸਰਾ ਖੁਦ ਵੀ ਮੰਤਰੀ ਰਹਿਣਾ ਚਾਹੁੰਦੇ ਨੇ ਇਸ ਅਹੁਦੇਦਾਰ ਨੇ ਦੱਸਿਆ ਕਿ ਰਾਜਸਥਾਨ ਦੇ ਵਿੱਚ ਸਰਕਾਰ ਅਤੇ ਜਥੇਬੰਦੀ ਦੇ ਵਿੱਚ ਬਦਲਾਅ ਨੂੰ ਲੈ ਕੇ ਹਾਈ ਕਮਾਂਡ ਨੇ ਖਰੜਾ ਤਿਆਰ ਕਰ ਲਿਆ ਹੈ ਪਾਰਟੀ ਦੀ ਅੰਤਰਿੰਮ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਮਤੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਸ ਦੇ ਤਹਿਤ ਪਾਇਲਟ ਨੂੰ ਰਾਸ਼ਟਰੀ ਮਹੱਤਵ ਦਾ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ ਚਰਚਾ ਇਹ ਵੀ ਹੈ ਕਿ ਕੋਜੀ ਦਿਨਾਂ ਦੇ ਵਿੱਚ ਸੋਨੀਆ ਗਾਂਧੀ ਸੀਐਮ ਗਹਿਲੋਤ ਦੇ ਨਾਲ ਟੈਲੀਫੋਨ ਤੇ ਗੱਲ ਕਰਕੇ ਖਰੜੇ ਨੂੰ ਲਾਗੂ ਕਰਨ ਦੇ ਲਈ ਕਹਿਣਗੇ ਇਸ ਨੂੰ ਲਾਗੂ ਕਰਨ ਦੀ ਕੋਈ ਸਮਾਂ ਹੱਦ ਵੀ ਤੈਅ ਕੀਤੀ ਜਾ ਸਕਦੀ ਹੈ ਉਧਰ ਦੂਜੇ ਪਾਸੇ ਚਰਚਾਵਾਂ ਇਹ ਵੀ ਨੇ ਕਿ ਪੰਜਾਬ ਕਾਂਗਰਸ ਦੇ ਵਿੱਚ ਟਕਰਾਅ ਦੇ ਨਾਲ ਹਾਈ ਕਮਾਂਡ ਦੀ ਟੈਨਸ਼ਨ ਵੱਧ ਚੁੱਕੀ ਹੈ ਸਿੱਧੂ ਬਾਦਵਿਧਾਇਕਾਂ ਦੇ ਨਾਲ ਦਮ ਦਿਖਾਉਣ ਦੇ ਵਿੱਚ ਜੁਟੇ ਹੋਏ ਨੇ ਤਾਂ ਇਸ ਕਰਕੇ ਦੂਜੇ ਪਾਸੇ ਕੈਪਟਨ ਦਾ ਗੁੱਸਾ ਘਟ ਨਹੀਂ ਰਿਹਾ ਦੋਵਾਂ ਆਗੂਆਂ ਦੇ ਵਿਚਾਲੇ ਤਾਲਮੇਲ ਬਿਠਾਉਣ ਦੇ ਲਈ ਕਾਂਗਰਸ ਪਾਰਟੀ ਨੂੰ ਕਾਫੀ ਜਦੋਜਹਿਦ ਕਰਨੀ ਪੈ ਰਹੀ ਹੈ ਰੋਕਰਾਂਗੇ 36 ਗੜ ਦਾ 36 ਗੜ ਦੇ ਸੁਕਮਾਨ ਜ਼ਿਲ੍ਹੇ ਦੇ ਪਿੰਡ ਕੁਦੇੜ ਦੇ ਵਿੱਚੋਂ ਕੁਝ ਦਿਨ ਪਹਿਲਾਂ ਅਗਵਾ ਕੀਤੇ ਗਏ 7 ਜਾਨਾਂ ਨੂੰ ਨਕਸ ਲਗਾ ਨੇ ਰਿਹਾਂ ਕਰ ਦਿੱਤਾ ਹੈ ਆਈਜੀ ਪੁਲਿਸ ਸੁੰਦਰ ਰਾਜ ਪੀਨੇ ਦੱਸਿਆ ਕਿ ਨਕਸਲੀਆਂ ਵੱਲੋਂ ਉਹਨਾਂ ਲੋਕਾਂ ਨੂੰ ਛੱਡਣ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਪੁਲਿਸ ਨੂੰ ਅਤੇ ਵਿਕਾਸ ਕੰਮਾਂ ਦੇ ਵਿੱਚ ਸਹਿਯੋਗ ਨਾ ਦੇਣ ਦੀ ਚੇਤਾਵਨੀ ਦਿੱਤੀ ਸੀ ਉਹਨਾਂ ਦੱਸਿਆ ਕਿ ਸਾਰੇ ਲੋਕ ਰਾਤ ਨੂੰ ਜਗਰ ਗੁੰਡਾ ਥਾਣੇ ਅਧੀਨ ਪੈਂਦੇ ਆਪਣੇ ਪਿੰਡ ਕੁੰਦੇੜ ਪਹੁੰਚ ਗਏ ਅਤੇ ਸਾਰੇ ਜਾਣੇ ਸੁਰੱਖਿਅਤ ਨੇ ਆਈਜੀ ਦੇ ਮੁਤਾਬਕ ਨਕਸਲੀ 18 ਜੁਲਾਈ ਨੂੰ ਉਕਤ ਪਿੰਡ ਵਾਸੀਆਂ ਨੂੰ ਜ਼ਬਰੀ ਆਪਣੇ ਨਾਲ ਪਿੰਡ ਪੁਵਰਤੀ ਲੈ ਕੇ ਸਨ ਅਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਧਿਕਾਰੀਆਂ ਦੇ ਮੁਤਾਬਕ ਸੂਚਨਾ ਮਿਲਣ ਤੇ ਪੁਲਿਸ ਨੇ ਇਹਨਾਂ ਲੋਕਾਂ ਦੀ ਭਾਲ ਲਈ ਤਲਾਸ਼ੀ ਮਹਿੰਮ ਵੀ ਚਲਾਈ ਸੀ ਇਸੇ ਦੌਰਾਨ ਕਬਾਈਲੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਮੀਡੀਆ ਦੇ ਰਾਹੀਂ ਨਕਸਲੀਆਂ ਨੂੰ ਉਕਤ ਲੋਕਾਂ ਨੂੰ ਛੱਡਣ ਦੀ ਅਪੀਲ ਕੀਤੀ ਸੀ ਪੁਲਿਸ ਅਤੇ ਸਥਾਨਕ ਕਬਾਈਲੀ ਲੋਕਾਂ ਦੀਆਂ ਅਪੀਲਾਂ ਤੋਂ ਬਾਅਦ ਵਾਅਦੇ ਦਬਾ ਕਰਕੇ ਨਕਸਲੀਆਂ ਵੱਲੋਂ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਗੱਲ ਕਰਦਿਆਂ ਈਦ-ਉਲ-ਅਜ਼ਾਦੀ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਸ ਵੱਲੋਂ Eid ul Azadi ਦੇ ਮੌਕੇ ਸਰਹੱਦ ਦੇ ਨਾਲ ਵਕ-ਵਕ ਥਾਵਾਂ ਤੇ ਇੱਕ ਦੂਜੇ ਨੂੰ ਮਠਿਆਈ ਦਿੱਤੀ ਗਈ ਹੈ। ਸਾਲ 2019 ਦੇ ਵਿੱਚ ਪਾਕਿਸਤਾਨ ਵੱਲੋਂ ਇਹ ਰਸਮ ਛੱਡੇ ਜਾਣ ਤੋਂ ਬਾਅਦ ਪਹਿਲੀ ਵਾਰ ਦੋਹਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਨੇ ਮਿਲ ਕੇ ਤਿਉਹਾਰ ਮਨਾਇਆ ਹੈ। 5 ਅਗਸਤ 2019 ਨੂੰ ਭਾਰਤ ਦੀ ਨਰੇਂਦਰ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਮਠਿਆਈ ਵਟਾਉਨ ਦੀ ਇਹ ਰਸਮ ਬੰਦ ਕਰ ਦਿੱਤੀ ਸੀ ਗੱਲ ਕਰਦਿਆਂ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਦੀ ਰਾਸ਼ਟਰੀ ਸੇਵਕ ਸੰਗ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸੋਦੇ ਨਾਗਰਿਕਤਾ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਯਾਨੀ ਕਿ ਐਨਆਰਸੀ ਦਾ ਹਿੰਦੂ ਮੁਸਲਮਾਨ ਵੰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਨਾਲ ਕਿਸੇ ਮੁਸਲਮਾਨ ਨੂੰ ਕੋਈ ਦਿੱਕਤ ਨਹੀਂ ਹੋਵੇਗੀ ਕੁਝ ਲੋਕ ਸਿਆਸੀ ਲਾਹਾ ਲੈਣ ਦੇ ਲਈ ਇਹਨਾਂ ਦੋਵਾਂ ਮੁੱਦਿਆਂ ਨੂੰ ਫਿਰਕੂ ਰੂਪ ਦੇਣ ਦੇ ਵਿੱਚ ਲੱਗੇ ਹੋਏ ਨੇ ਸਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਹਫ਼ਤੇ ਦੇ ਲਈ ਮੌਤਲ ਕੀਤਾ ਗਿਆ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਚਾਹੇ ਮੋਰਚਾ ਉਹਨਾਂ ਨੂੰ ਬਰਖਾਸਤ ਵੀ ਕਰ ਦੇਵੇ ਤਾਂ ਵੀ ਉਹ ਪੰਜਾਬ ਦੇ ਲੋਕਾਂ ਤੇ ਕਿਸਾਨੀ ਦੇ ਲਈ ਲੜਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਨੁਹਾਰ ਬਦਲਣ ਦੇ ਲਈ ਰਵਾਇਤੀ ਪਾਰਟੀਆਂ ਤੋਂ ਖਹਿੜਾ ਛਡਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬੀਆਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਉਹ ਆਪਣੇ ਫੈਸਲੇ ਆਪ ਲੈ ਸਕਦੇ ਨੇ। ਚੜੂਨੀ ਨੇ ਮਜ਼ਦੂਰ ਕਿਸਾਨ ਦਲਿਤ ਫਰੰਟ ਤੇ ਨਰੇਕਾ ਵਰਕਰ ਫਰੰਟ ਵੱਲੋਂ ਚੰਡੀਗੜ੍ਹ ਦੇ ਸੈਕਟਰ 29 ਦੇ ਵਿੱਚ ਕਰਵਾਏ ਗਏ ਇੱਕ ਸੈਮੀਨਾਰ ਦੇ ਦੌਰਾਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਸੀ ਚੜੂਨੀ ਨੇ ਕਿਹਾ ਕਿ ਕੇਂਦਰ ਤੇ ਸੂਬਿਆਂ ਦੇ ਵਿੱਚ ਕਾਬਜ਼ ਸਰਕਾਰਾਂ ਲੋਕਾਂ ਦੇ ਉਲਟ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਤੇ ਉਹਨਾਂ ਦੇ ਦਬਾਅ ਦੇ ਵਿੱਚ ਫੈਸਲੇ ਲੈ ਰਹੀਆਂ ਨੇ ਇਸੇ ਕਰਕੇ ਦੇਸ਼ ਦੇ ਵਿੱਚ 97 ਫੀਸਦੀ ਲੋਕਾਂ ਦੀ ਆਮਦਨ ਘਟਦੀ ਜਾ ਰਹੀ ਹੈ ਤੇ ਸਿਰਫ 3 ਫੀਸਦੀ ਲੋਕਾਂ ਦੀ ਹੀ ਆਮਦਨ ਵਧੀ ਹੈ ਉਹਨਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤਿੰਨੇ ਕਾਨੂੰਨ ਰੱਦ ਕਰ ਦੇਵੇ ਤਾਂ ਵੀ ਆਮ ਲੋਕਾਂ ਦੇ ਜੀਵਨ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਸਕੇਗਾ ਉਹਨੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਚੰਗੇ ਇਰਾਦਿਆਂ ਵਾਲੇ ਤੇ ਦਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੇ ਲਈ ਇਕੱਠੇ ਹੋ ਕੇ ਅੱਗੇ ਆਉਣਾ ਪਏਗਾ ਪੰਜਾਬ ਦੇ ਵਿੱਚ ਇਸ ਵੇਲੇ 32 ਕਿਸਾਨ ਜਥੇਬੰਦੀਆਂ ਦੀ ਗਵਾਹੀ ਦੇ ਹੇਠ 150 ਤੋਂ ਵੱਧ ਥਾਵਾਂ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਤ ਆਗੂਆਂ ਦੇ ਘਰਾਮੂਰੇ ਟਾਲ ਪਲਾਜ਼ਿਆਂ ਤੇ ਅੰਬਾਨੀ ਅਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਰੇ ਰੇਲਵੇ ਸਟੇਸ਼ਨਾਂ ਦੇ ਪਾਰਕਾਂ ਦੇ ਅੰਦਰ ਨਿੱਜੀ ਖੇਤਰ ਦੇ ਥਰਮਲ ਪਲਾਂਟਾਂ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਕਿਸਾਨਾਂ ਦੇ ਧਰਨਾ ਤੇ ਇਕੱਠਾਂ ਦੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸੰਸਦ ਦੇ ਸੈਸ਼ਨ ਦੇ ਦੌਰਾਨ ਕੀਤਾ ਜਾਣ ਵਾਲਾ ਪ੍ਰਦਰਸ਼ਨ ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਕਿਸਾਨੀ ਮੰਗਾਂ ਪ੍ਰਤੀ ਮੂੰਹ ਖੋਲਣ ਲਈ ਮਜਬੂਰ ਕਰੇਗਾ ਆਗੂਆਂ ਨੇ ਵੀ ਕਿਹਾ ਕਿ ਪਹਿਲੀ ਵਾਰ ਮੁਲਕ ਦੀਆਂ ਕਈ ਸਿਆਸੀ ਪਾਰਟੀਆਂ ਕਾਰੋਬਾਰੀਆਂ ਦੇ ਹਿੱਤ ਲਾਂਭੇ ਕਰਕੇ ਕਿਸਾਨੀ ਹਿੱਤਾਂ ਦੀ ਗੱਲ ਕਰਨ ਦੇ ਲਈ ਲਕੀਆਂ ਨੇ ਅਤੇ ਇਹਨਾਂ ਨੂੰ ਜੇਕਰ ਕਿਸੇ ਨੇ ਮਜਬੂਰ ਕੀਤਾ ਤੇ ਉਹ ਹੈ ਕਿਸਾਨੀ ਅੰਦੋਲਨ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਹੁਣ ਲੋਕ ਰੋਧ ਦਾ ਅਹਿਸਾਸ ਹੋ ਚੁੱਕਿਆ ਹੈ ਪਰ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਸਹਿਯੋਗੀ ਟੀਟਤਾਈ ਦੇ ਨਾਲ ਕਾਰਪੋਰੇਟ ਕਰਾਉਣਾਂ ਦਾ ਪੱਕਾ ਪੂਰਦਿਆਂ ਲੋਕਾਂ ਦੇ ਰੋਧ ਦਾ ਸ਼ਿਕਾਰ ਹੋ ਰਹੇ ਨੇ ਕਿਸਾਨ ਆਗੂਆਂ ਨੇ ਵੀ ਕਿਹਾ ਕਿ ਭਾਜਪਾ ਤੇ ਇਸ ਦੇ ਜ਼ੋਟੀਦਾਰਾਂ ਨੂੰ ਜਦੋਂ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੂੰਹ ਦੀ ਖਾਣੀ ਪਈ ਤਾਂ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀ ਤਾਕਤ ਦਾ ਇਹਨਾਂ ਨੂੰ ਅਹਿਸਾਸ ਹੋ ਜਾਵੇਗਾ ਆਗੂਆਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸੰਸਦ ਦੇ ਸੈਸ਼ਨ ਦੇ ਦੌਰਾਨ ਕੀਤਾ ਜਾਣ ਵਾਲਾ ਪ੍ਰਦਰਸ਼ਨ ਸ਼ਾਂਤਮਈ ਅਨੁਸ਼ਾਸਨੀ ਅਤੇ ਜਥੇਬੰਦਕ ਹੋਵੇਗਾ ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਇਸ ਬਲਟਨ ਦੇ ਵਿੱਚ ਹੁਣ ਤੱਕ ਲਈ ਬਸ ਇਨਾ ਹੀ ਮੈਨੂੰ ਪ੍ਰਵੀਨ ਸ਼ਰਮਣ ਵਿਥੀ ਦੀ ਇਜਾਜ਼ਤ ਪੰਜਾਬੀ ਰੇਡੀਓ ਯੂਐਸਏ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ